ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਲਗਭਗ 1.5 ਸਾਲ ਤੱਕ ਤਾਨਾਸ਼ਾਹੀ ਦਾ ਸ਼ਿਕਾਰ ਰਹੇ, ਪਰ ਆਖਿਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ। ਸੀਐਮ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਹਨ। ਜਾਂਚ ਏਜੰਸੀਆਂ ਨੂੰ ਉਹਨਾਂ ਵਿਰੁੱਧ ਕੁਝ ਨਹੀਂ ਮਿਲਿਆ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦ ਹੀ ਦਿੱਲੀ ਦੇ ਬੱਚਿਆਂ ਦੇ ਭਵਿੱਖ ਲਈ ਆਪਣਾ ਕੰਮ ਦੁਬਾਰਾ ਸ਼ੁਰੂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸਾਡੇ ਆਗੂ ਨੂੰ ਜੇਲ੍ਹਾਂ ਵਿੱਚ ਰੱਖ ਕੇ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਾਡੀ ਏਕਤਾ ਨੂੰ ਤੋੜ ਨਹੀਂ ਸਕੇ। ਸਾਡੇ ਸਾਰੇ ਆਗੂ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ। ਇਨਕੇ ਪਾਸ ਸਿਰਫ ਝੂਠੇ ਪਰਚੇ ਹੈ, ਇੱਕ ਪਰਚੇ ਸੇ ਨਿਕਲਤਾ ਦੂਸਰੇ ਮੇਂ ਡਾਲ ਦੇਤੇ ਹੈ। ਸਿਰਫ ਯੇ ਕਿ ਦਿੱਲੀ ਕਾ ਮੁੱਖ ਮੰਤਰੀ ਜੇਲ੍ਹ ਮੇਂ ਰਹੇ तो और उसके बाद जेल में नेताओं को जेल में सत्येंद्र जैन जी को, संजय सिंह जी को, मनीष जी को, अरविंद जी को जेल में करके उसके बाद इन्होंने कोशिश की। बीजेपी ने जो इनकी आदत है कि पार्टी को तोड़ दें कहीं ना किसी तरीके से, लालच दे लें किसी को या किसी को वैसे ही डरा लें कि अब कुछ नहीं होगा जी, पार्टी बिखर गई, ये वो, तो मुझे ये बताते हुए खुशी हो रही है उस संकट के समय में हमारी पार्टी बिल्कुल नहीं टूटी और कोई दरार नहीं है पार्टी में, कोई किसी किस्म का ग्रुपिज्म नहीं है, कुछ नहीं है। इन्होंने अफवाहें बहुत फैलाई, परसेप्शन बनाने की कोशिश की, झूठा प्रचार किया कि शायद अरविंद केजरीवाल मनीष सिसोदिया का नाम ले देंगे, शायद मनीष सिसोदिया अरविंद केजरीवाल का नाम ले देंगे, ऐसे मतलब ਝੂਠਾ ਪ੍ਰਚਾਰ ਕਰਦੇ ਰਹੇ। ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਕੁੱਲ 34 ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜਿਨ੍ਹਾਂ 4 ਜ਼ਿਲ੍ਹਿਆਂ ਦੇ DC ਬਦਲੇ ਗਏ ਹਨ, ਇਹਨਾਂ ਵਿੱਚੋਂ 2 ਜ਼ਿਲ੍ਹਿਆਂ ਦੀਆਂ 2 ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ। ਇਹਨਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ਸ਼ਾਮਲ ਹੈ। ਇਹਨਾਂ ਦੋਵਾਂ ਸੀਟਾਂ ਤੋਂ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਵਿਧਾਇਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੀਆਂ 5 ਵਿਧਾਨ ਸਭਾ ਸੀਟਾਂ ਉੱਤੇ ਜ਼ਿਮਨੀ ਚੋਣਾਂ ਹੋਣੀਆਂ ਸਨ, ਪਰ ਹੁਣ ਮੁੱਖ ਚੋਣ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹਜੇ ਜ਼ਿਮਨੀ ਚੋਣਾਂ ਨਹੀਂ ਹੋਣਗੀਆਂ। ਇਸ ਮੌਕੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਾਤਾਵਰਣ ਅਨੁਕੂਲ ਹੋਣ ਦੇ ਕਾਰਨ ਇਹ ਚੋਣਾਂ ਨਹੀਂ ਹੋਣਗੀਆਂ, ਕਿਉਂਕਿ ਕਈ ਸੂਬਿਆਂ ਵਿੱਚ ਮੌਸਮ ਖਰਾਬ ਹੈ। ਜ਼ਿਕਰ ਕਰ ਦਈਏ ਕਿ ਪੰਜਾਬ ਦੇ ਨਾਲ ਦੇਸ਼ ਦੇ 40 ਤੋਂ ਵੱਧ ਥਾਵਾਂ ਉੱਤੇ ਵਿਧਾਨ ਸਭਾ 1 ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣਾਂ ਹੋਣੀਆਂ ਸਨ। ਦੱਸ ਦੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਇੱਥੇ 1 ਪੜਾਅ ਵਿੱਚ 90 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ। ਵੋਟਿੰਗ 1 ਅਕਤੂਬਰ ਨੂੰ ਹੋਵੇਗੀ ਅਤੇ 4 ਅਕਤੂਬਰ ਨੂੰ ਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ 3 ਪੜਾਵਾਂ ਵਿੱਚ 18 ਸਤੰਬਰ ਅਤੇ 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ ਵੀ 4 ਅਕਤੂਬਰ ਨੂੰ ਐਲਾਨੇ ਜਾਣਗੇ। ਮਹਾਰਾਸ਼ਟਰ ਵਿੱਚ ਵੀ ਚੋਣਾਂ ਦੀ ਉਮੀਦ ਕੀਤੀ ਜਾ ਰਹੀ ਸੀ, ਹਾਲਾਂਕਿ ਚੋਣ ਕਮਿਸ਼ਨ ਨੇ ਹਜੇ ਤੱਕ ਇਸ ਰਾਜ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਨਹੀਂ ਕੀਤਾ। ਪੰਜਾਬ 'ਚ ਇਸ ਵਾਰ ਆਜ਼ਾਦੀ ਦਿਵਸ 'ਤੇ ਜਲੰਧਰ 'ਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ CM ਭਗਵੰਤ ਮਾਨ ਸ਼ਾਮਲ ਹੋਏ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ CM ਭਗਵੰਤ ਮਾਨ ਲਈ ਬੁਲੇਟ ਪਰੂਫ ਮੰਚ ਤਿਆਰ ਕੀਤਾ ਗਿਆ ਸੀ, ਜਿਸ ਕਰਕੇ CM ਭਗਵੰਤ ਮਾਨ ਉਰੋ ਦੀਆਂ 3 ਨਿਸ਼ਾਨੇ ਉੱਤੇ ਆ ਗਏ ਹਨ। ਇਸ ਦਾ ਖੁਲਾਸਾ ਕਰਦੇ ਕਾਂਗਰਸ ਦੇ ਭਲਾਤ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਬੁਲੇਟ ਪਰੂਫ ਸਟੇਜ ਬਣਾਉਣ 'ਤੇ 16 ਲੱਖ ਰੁਪਏ ਖਰਚ ਕਰ ਦਿੱਤੇ ਗਏ ਹਨ, ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਿਆ ਹੈ। ਇੱਥੇ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ਨੂੰ ਸਲਾਹ ਦਿੰਦੇ ਸਨ ਕਿ ਬੁਲੇਟ ਪਰੂਫ ਮੰਚ ਤਿਆਰ ਕਰਕੇ ਭਾਸ਼ਣ ਦਿੰਦੇ
ਜਿਹੜੇ ਉਹ ਸਿਆਸਤ ਵਿੱਚ ਕਿਉਂ ਆਏ ਹਨ ਉਹਨਾਂ ਨੂੰ ਆਪਣਾ ਮੁਰਗੀਖਾਨਾ ਖੋਲ੍ਹ ਲੈਣਾ ਚਾਹੀਦਾ ਹੈ। ਜੇਕਰ ਉਹਨੂੰ ਡਰ ਲੱਗਦਾ ਹੈ ਤਾਂ ਅਜਿਹੇ ਕੰਮ ਹੀ ਨਾ ਕਰਨ। ਸੀਐਮ ਦੇ ਇਹਨਾਂ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਛੱਡ ਕੇ ਮੁਰਗੀਖਾਨਾ ਖੋਲ੍ਹਣਗੇ। ਹੁਣ ਤੁਹਾਨੂੰ ਕਿਸ ਦਾ ਡਰ ਹੈ? ਜੋ 16 ਲੱਖ ਰੁਪਏ ਲਾ ਕੇ ਬੁਲੇਟ ਪਰੂਫ ਸਟੇਜ ਤਿਆਰ ਕੀਤਾ ਹੈ। ਕਿੱਦਾਂ ਵੀ ਭਗਵੰਤ ਸਿਆਂ ਹੁਣ ਕਦੋਂ ਖੋਲ੍ਹਣਾ ਮੁਰਗੀਖਾਨਾ? ਨੋਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੁਝ ਮਜ਼ਾਕੀਆ ਪੋਲੀਟਿਕਸ ਨਹੀਂ ਕੀਤੀ। ਮੇਰੀ ਜਿੰਨੀ ਜੱਦੋਜਹਿਦ ਆ ਉਹ ਕੰਪਲੀਟ ਸੰਜੀਦਾ ਵਾ ਔਰ ਫੈਕਟਸ ਦੇ ਤੱਥਾਂ ਦੇ ਆਧਾਰਿਤ ਮੈਂ ਗੱਲ ਕਰਦਾ। ਪਰੰਤੂ ਕੱਲ੍ਹ ਜੋ ਇੰਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤ ਮਾਨ ਇੱਕ ਬੁਲੇਟ ਪਰੂਫ ਵਿੱਚ ਦੇ ਕੈਬਿਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਅਤੇ ਝੂਠ ਝਾਟ ਬੋਲ ਰਿਹਾ ਸੀਗਾ, ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲਹਿਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ। ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟਿੱਚਰਾਂ ਕਰਦਾ ਸੀ। ਆਹ ਸੁਣੋ। ਸੁਣ ਲਿਆ ਜੀ, ਇਹ ਕਹਿੰਦਾ ਕਿ ਆਹ ਦੂਜੇ ਲੀਡਰਾਂ ਨੂੰ, ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਹਾ ਵਾ ਕਿ ਜੇ ਇੱਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲਓ ਯਾਰ, ਮੁਰਗੀਖਾਨਾ ਖੋਲ੍ਹ ਲਓ। ਅਤੇ ਭਾਈ ਸਾਹਿਬ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀਖਾਨਾ ਖੋਲ੍ਹਣ ਵਾਲਾ, ਕਿਉਂਕਿ ਕੱਲ੍ਹ ਦੀ ਤਸਵੀਰ ਕੀ ਦਿਖਾ ਰਹੀ ਹੈ ਆਹ ਦੇਖੋ, ਇੰਡੀਪੈਂਡੈਂਸ ਡੇ ਦੇ ਉੱਤੇ ਆਹ ਦੇਖੋ। ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਿਆ ਗਿਆ ਪੰਜਾਬ ਦਾ ਇਸ ਬੁਲੇਟ ਪਰੂਫ ਕੈਬਿਨ ਨੂੰ ਬਣਾਉਣ ਵਾਸਤੇ। ਅੱਛਾ, ਇੱਥੇ ਹੀ ਬਸ ਨਹੀਂ, ਜਿਹੜਾ VIP ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ, ਵਿੱਚੇ ਕੇਜਰੀਵਾਲ ਨੇ, ਵਿੱਚੇ ਇਹਨਾਂ ਦੇ ਹੋਰ ਆਗੂਆਂ ਨੇ, ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ। ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ 'ਚ ਭਗਵੰਤ ਮਾਨ ਜਾ ਰਿਹਾ ਵਾ। ਆਹ ਜਿਹੜੀਆਂ ਲੈਕਸਸ ਟੋਯੋਟਾ ਗੱਡੀਆਂ ਨੋਰਮਲ ਕੋਰਸ ਹੀ 3-4 ਕਰੋੜ ਰੁਪਏ ਦੀਆਂ ਹੈਗੀਆਂ, ਲੇਕਿਨ ਉਹਨੂੰ ਬੁਲੇਟ ਪਰੂਫ ਕਰਾਉਣ ਵਾਸਤੇ ਹੋਰ 1-1.5 ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੜ ਰਿਹਾ ਬੁਲੇਟ ਪਰੂਫ ਗੱਡੀਆਂ ਦੇ ਵਿੱਚ, ਪਿੱਛੇ ਕੇਜਰੀਵਾਲ ਸਾਹਿਬ ਚੜ ਰਹੇ ਨੇ। VIP ਕਲਚਰ ਦਾ, ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ। ਔਰ ਜਿਹੜੀ ਆਹ ਗੱਲ, ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ, ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ, ਮੈਂ ਕਹਿੰਦਾ ਕੀ ਸੀਗਾ ਅਤੇ ਮੈਂ ਕਰ ਕੀ ਰਿਹਾ ਵਾਂ। ਔਰ ਸਿਕਿਉਰਿਟੀ ਦੇ ਮਸਲੇ 'ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗਡਕਰੀ ਜਿਹੜੇ ਸਾਡੇ ਸਰਫੇਸ ਟਰਾਂਸਪੋਰਟ ਮਿਨਿਸਟਰ ਨੇ, ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ NHAI ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ, ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ, ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗੀ। ਪਰੰਤੂ ਭਗਵੰਤ ਮਾਨ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗਡਕਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਅਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ ਗਾ, ਅਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ ਗਾ ਤਾਂ ਫਿਰ ਆਪਾਂ 16 ਲੱਖ ਰੁਪਏ ਦੀ ਬੁਲੇਟ ਪਰੂਫ ਦੀ ਕੈਬਿਨ ਬਣਾ ਕੇ ਕਿਉਂ ਬੈਠੇ ਹੋਏ ਹਾਂ? ਨੰਬਰ 1। ਨੰਬਰ 2, ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂ ਗਾ ਤਾਂ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ, ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰੇਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬਿਹਤਰੀਨ ਕਲਾਕਾਰ ਨੌਜਵਾਨ ਵਿਸ਼ਵ ਪੱਧਰ ਦਾ ਉਹਨੂੰ ਢੇਰੀ ਕਰ ਦਿੱਤਾ, ਉਹਦਾ ਵੀ ਇਨਸਾਫ ਨਹੀਂ ਦੇ ਸਕੇ? ਉਹਦਾ ਤੁਸੀਂ ਕਹੀ ਜਾਂਦੇ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ। ਜੇ ਲਾਅ ਐਂਡ ਆਰਡਰ ਇੱਡਾ ਅੱਛਾ ਤਾਂ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹਾਂ 'ਚੋਂ ਬਹਿ ਕੇ ਇੰਟਰਵਿਊ ਕਿੱਦਾਂ ਦੇ ਰਹੇ ਨੇ? ਦੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਜ਼ਾਮ ਸਾਰਾ ਬਿਲਕੁਲ ਛਿੱਕੇ 'ਤੇ ਟੰਗਿਆ ਹੋਇਆ। ਜੇ ਲਾਅ ਐਂਡ ਆਰਡਰ ਇੱਡਾ ਹੀ ਅੱਛਾ ਸੀ ਪੰਜਾਬ ਦੇ ਵਿੱਚ ਤਾਂ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਵਾ ਸਕੇ? ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀਆ ਦੀ 295A ਦੀ ਪ੍ਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ? ਜਿੰਨੇ ਟ੍ਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ,
ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲੋ ਗਾਰਤ ਹੋ ਰਹੀ ਹੈ, ਬੁਰੀ ਹਾਲਾਤ ਹੈ ਲੋ ਐਂਡ ਆਰਡਰ ਦੇ। ਔਰਤਾਂ ਸ਼ਾਮ ਪਿੰਡਾਂ 'ਚ ਬਾਹਰ ਨਹੀਂ ਨਿਕਲਦੀਆਂ, ਉਹਨਾਂ ਦੀਆਂ ਕੰਨਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ, ਵਗੈਰਾ ਵਗੈਰਾ ਵਗੈਰਾ। ਇਹ ਲੋ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ। ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਹੈ ਕਿ ਉਹਨੂੰ 16 ਲੱਖ ਰੁਪਏ ਦੀ ਕੈਬਿਨ, ਫਿਰ ਪਿੱਛੇ ਪੁਲਿਸ ਵਾਲੇ ਸਾਰੇ ਆਫਿਸਰ ਚਾਹੀਦੇ ਨੇ, ਪੁਲਿਸ ਦਾ ਪੂਰਾ ਅਮਲਾ ਚਾਹੀਦਾ, ਅਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲੋ ਐਂਡ ਆਰਡਰ ਦੇ ਬਿਆਨ ਦੇ ਉੱਤੇ। ਦੂਜਾ, ਕੱਲ੍ਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਡੇ 'ਤੇ ਕਿ ਜੀ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸਨੂੰ ਜੜੋਂ ਪੁੱਟ ਕੇ ਸੁੱਟ ਦਿਆਂਗੇ। 2.5 ਸਾਲ ਦਾ ਸਮਾਂ ਹੋ ਚੁੱਕਿਆ ਤਕਰੀਬਨ, ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਆ, ਪਰ ਨਸ਼ੇ ਦੇ ਕੀ ਹਾਲਾਤ ਨੇ? ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ, ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ। ਆਹ ਕੱਲ੍ਹ ਜਦੋਂ ਗੱਲ ਕਰ ਰਹੇ ਸੀ, ਮੈਨੂੰ ਕੁਦਰਤੀ ਕਿਸੇ ਨੇ ਵੀਡੀਓ ਭੇਜੀ, ਇੱਕ ਡਾਕਟਰ ਗਿੱਲ ਨੇ, ਆਹ ਵੀਡੀਓ ਦੇਖੋ ਤੁਸੀਂ ਜ਼ਰਾ, ਡਾਕਟਰ ਗਿੱਲ ਨੇ, ਗਿੱਲ ਹੋਸਪਿਟਲ ਹੈ ਮੋਰਿੰਡਾ ਰੋਡ ਮੋਰਿੰਡੇ, ਤੁਸੀਂ ਸੁਣ ਲਿਆ ਕਿ ਇੱਕ ਡਾਕਟਰ ਗਿੱਲ ਮੋਰਿੰਡਾ ਹੋਸਪਿਟਲ ਆ, ਉੱਥੇ ਤੁਸੀਂ ਦੇਖ ਲਿਆ ਕਿ ਕਿੱਦਾਂ ਛਲਨੀ ਕੀਤਾ ਹੋਇਆ ਸਾਰਾ ਬਦਨ ਉਸ ਨੌਜਵਾਨ ਦਾ, ਚਿੱਟੇ ਦੇ ਟੀਕੇ ਲਾ ਲਾ ਕੇ। ਇਹ ਸਾਰੇ ਪੰਜਾਬ ਦੀ ਦਾਸਤਾਨ ਆ। ਪਿੰਡਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਇੰਨੇ ਅਨਸੇਫ ਮਹਿਸੂਸ ਕਰਦੇ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੱਜ ਰਹੇ ਨੇ। ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਬਿਆਨ ਦੇ ਰਿਹਾ, ਝੂਠਾ ਸਾਰਾ ਸਰ। ਰਿਵਰਸ ਮਾਈਗ੍ਰੇਸ਼ਨ ਇਸ ਕਰਕੇ ਥੋੜ੍ਹੀ ਜਿਹੀ ਰੁਕੀ ਆ ਕਿਉਂਕਿ ਕੈਨੇਡਾ ਅਤੇ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਵਗੈਰਾ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ, 50% ਉਹਨਾਂ ਨੇ ਬੈਨ ਲਾ ਦਿੱਤਾ ਬਿਲਕੁਲ। ਇਸ ਕਰਕੇ ਸਾਡੇ ਬੱਚਿਆਂ ਦੇ ਕੋਲ ਹੁਣ ਕੋਈ ਰਾਹ ਨੀਗਾ, ਅਤੇ ਉਹ ਹਾਇਰ ਐਜੂਕੇਸ਼ਨ ਵਿੱਚ ਕਾਲਜਿਸ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਇਹ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ। ਹਰ ਗੱਲ ਦਾ ਝੂਠ ਬੋਲਣਾ, ਹਰ ਗੱਲ ਦਾ ਦੂਜਿਆਂ ਦਾ ਮਜ਼ਾਕ ਉਡਾਉਣਾ, ਦੂਜਿਆਂ ਨੂੰ ਟਿਚਰਾਂ ਕਰਨੀਆਂ, ਕਿਸੇ ਨੂੰ ਕਨਵੈਂਟੇਰੀਅਨ ਕਹਿਣਾ, ਕਨਵੈਂਟੇਰੀਅਨ ਅਸੀਂ ਸਰਕਾਰੀਅਨ, ਬੜਾ ਹੀ ਵੱਡਾ ਫੈਸਲਾ ਹੁੰਦਾ ਜਦੋਂ ਆਪਾਂ ਫੈਸਲਾ ਕਰਨਾ ਕਿ ਅਸੀਂ ਅੱਜ ਸਕੂਲ ਜਾਣਾ ਕਿ ਨਹੀਂ ਜਾਣਾ। ਆਹ ਤੁਹਾਡਾ ਲੈਵਲ ਹੈ ਯਾਰ ਚੀਫ ਮਿਨਿਸਟਰ ਦਾ? ਬੜੇ ਅਫਸੋਸ ਅਤੇ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਪੰਜਾਬ ਜਿਹੜਾ ਇੱਕ ਨੰਬਰ ਇੱਕ ਸਟੇਟ ਸੀ ਇਸ ਦੇਸ਼ ਦੀ, ਠੀਕ ਹੈ ਮਗਰਲੀਆਂ ਪਾਰਟੀਆਂ ਨੇ ਅਗਰ ਉਹਦੇ ਵਿੱਚ ਕੋਈ ਗਿਰਾਵਟ ਲੈ ਕੇ ਆਏ ਤਾਂ ਤੁਸੀਂ ਤਾਂ ਗਿਰਾਵਟ ਨੂੰ ਠੀਕ ਕਰਨਾ ਸੀਗਾ। ਤੁਸੀਂ ਤਾਂ 3.5 ਲੱਖ ਕਰੋੜ ਰੁਪਏ ਦੇ ਕਰਜ਼ੇ 'ਤੇ ਪਹੁੰਚਾਤਾ ਉਹਨੂੰ, 70,000 ਕਰੋੜ ਰੁਪਏ ਕਰਜ਼ਾ ਚੱਕ ਦਿੱਤਾ ਵਾ, 24,000 ਕਰੋੜ ਰੁਪਇਆ ਤੁਹਾਡਾ ਬਿੱਲ ਆ, ਜਿਹੜਾ PSPCL ਦਾ ਸਬਸਿਡੀ ਦਾ ਬਿੱਲ ਆ, ਮੁਫ਼ਤ ਜਿਹੜੀ ਬਿਜਲੀ ਵਗੈਰਾ ਵਗੈਰਾ ਜਾ ਰਹੀ, 24,000 ਕਰੋੜ ਰੁਪਇਆ, 31-32,000 ਕਰੋੜ ਰੁਪਇਆ ਤੁਸੀਂ ਵਿਆਜ ਭਰ ਰਹੇ ਹੋ। ਆਹ 700 ਕਰੋੜ ਰੁਪਇਆ ਚੰਦ ਦਿਨ ਪਹਿਲਾਂ ਤੁਸੀਂ ਨਵਾਂ ਕਰਜ਼ਾ ਚੱਕਿਆ, 2500 ਕਰੋੜ ਰੁਪਇਆ ਤੁਸੀਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਦੌਰਾਨ ਚੱਕਿਆ, ਫਿਰ ਵੀ ਤੁਸੀਂ ਕਹੀ ਜਾਂਦੇ ਕਿ ਖਜ਼ਾਨਾ ਭਰਿਆ ਪਿਆ ਜੀ, ਗੱਲ ਹੀ ਕੋਈ ਨਹੀਂ ਗੀ ਅਸੀਂ ਤਾਂ ਬਿਲਕੁਲ। ਔਰ ਤੁਸੀਂ ਤਨਖਾਹਾਂ ਦੇ ਨਹੀਂ ਸਕ ਰਹੇ, ਤੁਸੀਂ TADA ਦੇ ਨਹੀਂ ਸਕ ਰਹੇ, ਤੁਸੀਂ ਜਿਹੜਾ 7ਵੇਂ ਪੇ ਕਮਿਸ਼ਨ ਦਾ ਜਿਹੜਾ ਸੀਗਾ ਪੈਕੇਜ ਲਾਗੂ ਕਰਨਾ ਸੀਗਾ, ਖਾਸ ਤੌਰ 'ਤੇ ਜਿਹੜੇ ਕਾਲਜਿਸ ਨੇ ਅਫੀਲੀਏਟਿਡ ਕਾਲਜਿਸ ਵਗੈਰਾ, ਕਿਸੇ ਨੂੰ ਤੁਸੀਂ ਦੇ ਨਹੀਂ ਸਕੇ ਹੈਗੇ, ਫਿਰ ਵੀ ਤੁਸੀਂ ਕਹੀ ਜਾਂਦੇ ਖਜ਼ਾਨਾ ਵੀ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਜੀ, ਬੜਾ ਹੀ ਸ਼ਾਨਦਾਰ ਮਾਹੌਲ ਹੈ। ਅਗਰ ਸ਼ਾਨਦਾਰ ਮਾਹੌਲ ਹੈ ਤਾਂ ਆਹ ਦੇਖੋ ਤੁਸੀਂ ਬੱਚਿਆਂ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ। ਆਹ SC ਸਕਾਲਰਸ਼ਿਪ ਹੈ ਬੱਚਿਆਂ ਦੀ, ਜਿਹੜੇ SC ਸਕਾਲਰਸ਼ਿਪ ਦੇ ਮੁੱਦੇ 'ਤੇ ਤੁਸੀਂ ਕਾਂਗਰਸ ਨੂੰ ਲਗਾਤਾਰ ਭੰਡਦੇ ਸੀ। ਇਹ ਕੀ ਕਹਿੰਦੀ ਆ, ਸੈਂਟਰ ਵਿਦਹੋਲਡਸ 930 ਕਰੋੜ ਅੰਡਰ SC ਸਕਾਲਰਸ਼ਿਪ ਸਕੈਮ ਪਲਾਨ, ਵਾਂਟਸ ਸਟੇਟ ਟੂ ਰਿਲੀਜ਼ 250 ਕਰੋੜ ਫਸਟ। 933 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਇਸ ਕਰਕੇ ਰੋਕਿਆ SC ਸਕਾਲਰਸ਼ਿਪ ਸ਼ਡਿਊਲ ਕਾਸਟ ਸਟੂਡੈਂਟਸ ਦਾ, ਕਿਉਂਕਿ 250 ਕਰੋੜ ਰੁਪਇਆ ਪੰਜਾਬ ਸਰਕਾਰ ਆਪਣਾ ਉਹਦੇ 'ਚ ਯੋਗਦਾਨ ਨਹੀਂ ਪਾ ਸਕੀ। ਇਹਦਾ ਕਿਹਦੇ 'ਤੇ ਇਫੈਕਟ ਪਊਗਾ? ਸਿੱਧਾ ਸਿੱਧਾ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਇਫੈਕਟ ਪਊਗਾ। ਇਹ ਅਖੌਤੀ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਮਾਡਲ ਆ, ਇਸੇ ਐਜੂਕੇਸ਼ਨ ਮਾਡਲ ਦੇ ਵਿੱਚ ਅੱਗੇ ਤੁਸੀਂ ਪੜ੍ਹੋ, ਆਹ ਜਿਹੜੇ ਸਾਡੇ ਬਹੁਤ ਬਿਹਤਰੀਨ 8 ਜਜ਼ SCD ਗਵਰਨਮੈਂਟ ਕਾਲਜ ਲੁਧਿਆਣਾ, ਜਿਹੜਾ ਬੱਚਿਆਂ ਦੇ ਮੁੰਡਿਆਂ ਦਾ ਵਾ, ਗਵਰਨਮੈਂਟ ਕਾਲਜ ਮਹਿੰਦਰਾ ਕਾਲਜ ਪਟਿਆਲਾ, ਗਵਰਨਮੈਂਟ ਕਾਲਜ ਫਾਰ ਗਰਲਜ਼ ਪਟਿਆਲਾ, SR ਗਵਰਨਮੈਂਟ ਕਾਲਜ ਫਾਰ ਵਿਮੈਨ ਅੰਮ੍ਰਿਤਸਰ, ਗਵਰਨਮੈਂਟ ਕਾਲਜ ਮੋਹਾਲੀ, ਗਵਰਨਮੈਂਟ ਕਾਲਜ
ਮਲੇਰਕੋਟਲਾ ਗਵਰਨਮੈਂਟ ਕਾਲਜ ਹੁਸ਼ਿਆਰਪੁਰ, ਤੁਸੀਂ ਨਵਾਂ ਤਾਂ ਕੀ ਬਣਾਉਣਾ ਸੀ ਯਾਰੋ? ਤੁਸੀਂ ਜਿਹੜੇ ਚੱਲਦੇ ਸਰਕਾਰੀ ਕਾਲਜ ਨੇ ਤੁਸੀਂ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰ ਦੇਣ ਲੱਗੇ ਹੋ। ਇਹ ਜਿਹੜਾ UGC ਦਾ ਅਟੋਨਮੀ ਦਾ ਤੁਸੀਂ ਬਹਾਨਾ ਬਣਾ ਰਹੇ, ਇਹ ਲੋਕਾਂ ਦੇ ਕਚਹਿਰੀ ਵਿੱਚ ਆਣ ਕੇ ਇਸ ਨੂੰ ਅੱਛੇ ਤਰੀਕੇ ਨਾਲ ਕਲੈਰੀਫਾਈ ਕਰੋ ਕਿ ਤੁਸੀਂ ਪ੍ਰਾਈਵੇਟਾਈਜ਼ ਕਾਲਜਸ ਕਰ ਰਹੇ ਕਿ ਨਹੀਂ ਕਰ ਰਹੇ। ਅਤੇ ਆਹ ਲਓ ਤੁਸੀਂ ਇੱਕ ਜਿਹੜਾ ਇਹਨਾਂ ਦਾ ਹੈਲਥ ਦਾ ਵੀ ਮਾਡਲ ਚੱਕ ਲਓ ਜੀ। ਆਹ ਇਹਨਾਂ ਦੀ ਜਿਹੜੀ ਹੋਮੇ ਹੈ ਨਾ ਕੇਜਰੀਵਾਲ ਸਾਹਿਬ ਦੀ ਅਤੇ ਭਗਵੰਤ ਮਾਨ ਦੀ ਹੋਮੇ, ਉਹਨੂੰ ਪੱਠੇ ਪਾਉਣ ਵਾਸਤੇ ਕਿੰਨਾ ਨੁਕਸਾਨ ਕਰਾ ਰਹੇ ਨੇ। ਆਹ ਤੁਸੀਂ ਦੇਖੋ, ਆਮ ਆਦਮੀ ਸਿਰਫ ਨਾਮ ਰੱਖਣ ਦੇ ਵਾਸਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ 933 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦਾ ਹੋਲਡ ਕਰ ਲਿਆ ਕਿ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ, ਕਿਉਂਕਿ ਜਿਹੜੀ ਸਾਰੇ ਦੇਸ਼ ਵਿੱਚ ਜਿਹੜਾ ਨਾਮ ਪ੍ਰਚਲਿਤ ਹੈ, ਚਾਹੇ ਉਹ ਵੈਲਨੈਸ ਸੈਂਟਰਸ ਨੇ ਜਾਂ ਜੋ ਵੀ ਉਹਨਾਂ ਨੇ ਭਾਰਤ ਵਗੈਰਾ ਵਗੈਰਾ ਨਾਮ ਰੱਖਿਆ, ਤੁਸੀਂ ਉਹ ਨਾਮ ਰੱਖੋਗੇ, ਬੋਰਡ ਸਾਰੇ ਲਾਓਗੇ ਤਾਂ ਤੁਹਾਨੂੰ ਅਸੀਂ ਪੈਸੇ ਦਾਂਗੇ। 933 ਕਰੋੜ ਰੁਪਈਆ ਜਿਹੜਾ ਵਾ ਉਹ ਗਰੀਬਾਂ ਦੇ ਇਲਾਜ ਦਾ ਪੈਸਾ ਇਸ ਕਰਕੇ ਰੋਕਿਆ ਹੋਇਆ ਕਿਉਂਕਿ ਸਾਡਾ ਆਮ ਆਦਮੀ ਪਾਰਟੀ ਦਾ ਫੱਟਾ ਲੱਗਣਾ ਚਾਹੀਦਾ, ਕੇਜਰੀਵਾਲ ਦਾ ਨਾਮ ਆਉਣਾ ਚਾਹੀਦਾ, ਭਗਵੰਤ ਦੀ ਫੋਟੋ ਆਉਣੀ ਚਾਹੀਦੀ, ਕੇਜਰੀਵਾਲ ਦੀ ਫੋਟੋ ਆਉਣੀ, ਜਿਹੜੇ ਦੂਜਿਆਂ ਨੂੰ ਸਦਾ ਟਿੱਚਰਾਂ ਕਰਦੇ ਸੀਗੇ। ਇਸ ਲਈ ਮੇਰੇ ਸਤਿਕਾਰਯੋਗ ਪੰਜਾਬੀ ਵੀਰੋ ਅਤੇ ਭੈਣੋ ਅਤੇ ਭਰਾਓ, ਠੀਕ ਹੈ ਤੁਸੀਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੂਰਾ ਅੱਛੇ ਤਰੀਕੇ ਨਾਲ ਸ਼ੀਸ਼ਾ ਦਿਖਾ ਦਿੱਤਾ, ਪਰੰਤੂ ਯਾਦ ਰਹੇ ਜਦੋਂ ਤੁਸੀਂ ਛੋਟੀਆਂ ਛੋਟੀਆਂ ਇਲੈਕਸ਼ਨਾਂ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਨੇ ਇਹਨਾਂ ਨੂੰ ਮੁੜ ਵੋਟ ਪਾਉਂਦੇ ਹੋ ਤਾਂ ਇੱਕ ਬੋਗਸ ਤਸਵੀਰ ਸਾਰੇ ਦੇਸ਼ ਵਿੱਚ ਭੇਜਦੇ ਹੋ। ਜਲੰਧਰ ਵੈਸਟ ਜਿੱਥੇ 4 ਜੂਨ ਨੂੰ ਮਹਿਜ਼ 15,000 ਵੋਟ ਪਈ ਆਮ ਆਦਮੀ ਪਾਰਟੀ ਨੂੰ, ਜ਼ਮਾਨਤ ਜ਼ਬਤ ਹੋਈ ਅਤੇ ਸਾਰੀ ਸਰਕਾਰ ਦਾ ਅਮਲਾ ਬਹਿ ਗਿਆ ਉੱਥੇ ਆਣ ਕੇ, ਅਤੇ ਮੇਰੇ ਖਿਆਲ 40 ਦਿਨਾਂ 'ਚ 13 ਜੁਲਾਈ ਨੂੰ ਉੱਥੇ ਲਗਭਗ 60,000 ਵੋਟ ਨਿਕਲਦੀ। ਇਹਦੇ 'ਚ ਫਿਰ ਆਪਾਂ ਜ਼ਿੰਮੇਵਾਰ ਬਣ ਗਏ ਨਾ ਕਿ ਆਪਾਂ ਮਾੜੇ ਬੰਦਿਆਂ ਨੂੰ ਜਿਹੜੀ ਮਾੜੀਆਂ ਸਰਕਾਰਾਂ ਨੇ ਜਿਹੜੀਆਂ ਝੂਠ ਬੋਲਦੀਆਂ ਨੇ, ਸ਼ਰਾਬ ਪਿਲਾਉਂਦੀਆਂ ਨੇ, ਪੈਸੇ ਵੰਡਦੀਆਂ ਨੇ, ਧਮਕਾਉਂਦੀਆਂ ਨੇ, ਡਰਾਉਂਦੀਆਂ ਨੇ, ਪਰਚੇ ਦਰਜ ਕਰਦੀਆਂ ਨੇ, ਅਸੀਂ ਉਹਨਾਂ ਨੂੰ ਦੁਬਾਰਾ ਹੁਣ ਤੁਹਾਡੀਆਂ 4 ਜ਼ਿਮਨੀ ਚੋਣਾਂ ਫਿਰ ਆ ਰਹੀਆਂ ਪੰਜਾਬ ਦੇ ਵਿੱਚ, ਸ਼ਾਇਦ 5ਵੀਂ ਵੀ ਆਉਣੀ ਪੈਣੀ ਕਿਉਂਕਿ ਕੱਲ੍ਹ ਇੱਕ ਅਕਾਲੀ ਦਲ ਦਾ MLA ਵੀ ਤੋੜ ਰਿਹਾ। ਵੀ ਤੁਹਾਡੇ ਕੋਲ 92 MLA ਆ, ਤੁਸੀਂ 92 ਨਾਲ ਸੰਤੁਸ਼ਟ ਨਹੀਂ ਗਏ, ਤੁਸੀਂ ਅਕਾਲੀ ਦਲ ਦਾ 1 MLA ਹੋਰ ਤੋੜ ਕੇ ਇੱਕ ਅਨਵਾਂਟਿਡ ਜ਼ਿਮਨੀ ਚੋਣ ਦਾ ਖਰਚਾ ਪੰਜਾਬ ਦੇ ਸਿਰ ਦੇ ਉੱਤੇ ਹੋਰ ਤੁਸੀਂ ਪਾਓਗੇ। 5 ਜ਼ਿਮਨੀ ਚੋਣਾਂ ਦਾ ਖਰਚਾ ਪੰਜਾਬ ਦੇ ਲੋਕਾਂ 'ਤੇ, ਜਿਹੜਾ ਸਰ ਜਿਹੜਾ ਪੰਜਾਬ ਆਲਰੇਡੀ ਕਰਜ਼ੇ 'ਚ ਡੁੱਬਿਆ ਪਿਆ ਵਾ। ਇਸ ਲਈ ਮੈਂ ਤਾਂ ਸਿਰਫ ਲੋਕਾਂ ਨੂੰ ਅਪੀਲ ਕਰਨ ਆਇਆ ਵਾਂ ਕਿ ਮੇਰਾ ਖਿਆਲ ਹੈ 2.5 ਸਾਲ ਵਿੱਚ ਇਹਨਾਂ ਦਾ ਚਿਹਰਾ ਤੁਸੀਂ ਅੱਛੇ ਤਰੀਕੇ ਨਾਲ ਪਹਿਚਾਣ ਲਿਆ ਵਾ। ਇਹਨਾਂ ਦੇ ਜਿਹੜੇ ਅਖੌਤੀ MLAs ਨੇ, ਕਿਸੇ ਨੇ ਕੋਈ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ, ਕੋਈ ਨੌਜਵਾਨ ਬੱਚਿਆਂ ਦਾ ਸ਼ੋਸ਼ਣ ਕਰ ਰਿਹਾ, ਕੋਈ ਨੰਗਾ ਘੁੰਮ ਰਿਹਾ ਵਾ, ਕੋਈ ਕੋਠੀਆਂ 'ਤੇ NRIs 'ਤੇ ਕਬਜ਼ਾ ਕਰ ਰਿਹਾ ਵਾ, ਕੋਈ ਜਿੱਥੇ ਕਿਸੇ ਦਾ ਦਾਅ ਲੱਗਦਾ ਵਾ, ਸਾਰੇ ਕਰਪਟ ਐਡੇ ਵਿੱਚ ਸਾਡੇ ਪੁਲਾਤ ਦੀ ਤੁਸੀਂ ਗੱਲਾਂ ਹੀ ਛੱਡ ਦਿਓ, ਤਹਿਸੀਲਾਂ ਵਿੱਚ, ਥਾਣਿਆਂ ਵਿੱਚ, ਔਰ ਇਕੱਲਾ ਪੁਲਾਤ ਨਹੀਂ, ਸਾਰੇ ਪੰਜਾਬ ਦੀ ਇਸ ਵਕਤ ਤਸਵੀਰ ਆ। ਜਿਹੜਾ ਕਹਿੰਦਾ ਸੀ ਨਾ ਕਿ ਕਰਪਸ਼ਨ ਫਰੀ ਮੈਂ ਸਟੇਟ ਦਊਂਗਾ, ਇਹਦੇ ਨਾਲੋਂ ਜ਼ਿਆਦਾ ਕਰਪਸ਼ਨ ਨਹੀਂ ਗੀ ਜਿਹੜੀਆਂ ਇਹਨਾਂ ਨੇ ਰਿਕਾਰਡ ਮਗਰਲੀਆਂ ਸਰਕਾਰਾਂ ਦਾ। ਜਿਹੜਾ ਬਦਲਾਵ ਕਰਦੇ ਇਹਨਾਂ ਦਾ ਸਾਰਾ ਬਦਲਾਵ ਪੁੱਠਾ ਹੈ, ਸਾਰਾ ਬਦਲਾਵ ਨੈਗੇਟਿਵ ਹੈ, ਸਾਰਾ ਬਦਲਾਵ ਮਾੜੇ ਪਾਸੇ ਰੁਝਾਨ ਲੈ ਕੇ ਜਾਂਦਾ, ਕੋਈ ਮੋਰੈਲਿਟੀ ਐਥਿਕਸ ਅਪਹੋਲਡ ਨਹੀਂ ਕੀਤੀ। ਕਦੀ ਦੇਖਿਆ ਸੀ ਇਸ ਆਜ਼ਾਦ ਭਾਰਤ ਵਿੱਚ ਕਿ ਮੁੱਖ ਮੰਤਰੀ 'ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਹੋ ਜਾਵੇ ਦਿੱਲੀ, ਅਤੇ ਉਹ ਚੀਫ ਮਿਨਿਸਟਰ ਦਾ ਅਹੁਦਾ ਨਾ ਛੱਡੇ? ਆਹ ਹੁਣੇ ਥੋੜ੍ਹੀ ਦੇਰ ਪਹਿਲਾਂ ਝਾਰਖੰਡ ਦੇ ਜਿਹੜਾ ਸ਼ਾਇਦ ਮਿਸਟਰ ਸੁਰੇਨ ਸੀਗੇ, ਜਦੋਂ ED ਨੇ ਉਹਨੂੰ ਅਰੈਸਟ ਕੀਤਾ, ਉਹ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਕੇ ਗਿਆ, ਜੇਲ੍ਹ ਗਿਆ, ਜੇਲ੍ਹ ਆਣ ਕੇ ਵਾਪਸ ਆਪਣੀ ਸਾਰੀ ਪਾਰਟੀ ਇਕੱਠੀ ਕੀਤੀ ਤਾਂ ਦੁਬਾਰਾ ਚੀਫ ਮਿਨਿਸਟਰ ਦੀ ਸਹੁੰ ਚੁੱਕੀ। ਕਿ ਕੇਜਰੀਵਾਲ ਸਾਹਿਬ ਨੂੰ ਆਪਣੇ MLAs 'ਤੇ ਭਰੋਸਾ ਨਹੀਂ ਗਾ ਕਿ ਜੇ ਮੈਂ ਇੱਕ ਵਾਰੀ ਅਹੁਦਾ ਛੱਡ ਦਿੱਤਾ ਅਤੇ ਮੁੜ ਕੇ ਮੈਨੂੰ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਬਣਾਉਣਗੇ? ਪਹਿਲਾ ਉਦਾਹਰਣ ਹੈ ਭਾਰਤ ਦੇ ਆਜ਼ਾਦੀ ਦੇ 78 ਸਾਲ ਦੇ ਇਤਿਹਾਸ ਵਿੱਚ ਕਿ ਚੀਫ ਮਿਨਿਸਟਰ ਜੇਲ੍ਹ ਵਿੱਚ ਬੈਠਾ ਚੀਫ ਮਿਨਿਸਟਰ ਬੈਠਾ ਵਾ, ਔਰ ਕੋਈ ਚਿੱਠੀ ਲਿਖ ਨਹੀਂ ਸਕਦਾ। ਉਹਨੇ ਕੱਲ੍ਹ ਪਰਸੋਂ ਇੱਕ ਚਿੱਠੀ ਲਿਖੀ ਸੀਗੀ ਕਿ ਅਸੀਂ
ਇੰਡੀਪੈਂਡੈਂਸ ਡੇ ਦੇ ਵਿੱਚ ਉਹਨਾਂ ਦੀ ਕੋਈ ਹੈਗੀ ਜਿਹੜੀ ਮਿਨਿਸਟਰ ਅਤੀਸ਼ੀ ਨੂੰ ਅਧਿਕਾਰ ਦਿੱਤਾ ਜਾਵੇ, ਉਹ ਜੇਲ੍ਹ ਵਾਲਿਆਂ ਨੂੰ ਰੋਕ ਲਈ ਕਿ ਤੇਰੀ ਕੋਈ ਕਮਿਊਨੀਕੇਸ਼ਨ ਬਤੌਰ ਚੀਫ ਮਿਨਿਸਟਰ ਤੁਸੀਂ ਜੇਲ੍ਹ ਵਿੱਚੋਂ ਕੋਈ ਕਮਿਊਨੀਕੇਸ਼ਨ ਨਹੀਂ ਕਰ ਸਕਦੇ, ਤਾਂ ਅੰਡਰਸਟੂਡ ਹੀ ਹੈ। ਪਰ ਉਹ ਕਹਿੰਦਾ ਮੈਂ ਚੀਫ ਮਿਨਿਸਟਰ ਦਾ ਅਹੁਦਾ ਨਹੀਂ ਛੱਡਣਾ। ਮਤਲਬ ਇਹ ਬਦਲਾਵ ਪਹਿਲੀ ਵਾਰੀ ਅਸੀਂ ਇਸ ਦੇਸ਼ ਦੀ ਜਿਹੜੀ ਪੋਲੀਟਿਕਸ ਵਿੱਚ ਦੇਖਿਆ। ਇਸ ਕਰਕੇ ਮੇਰੀ ਸਭ ਨੂੰ ਬੜੀ ਨਿਮਰਤਾ ਦੇ ਨਾਲ ਅਪੀਲ ਆ, ਠੀਕ ਹੈ ਮੰਨ ਲਿਆ ਕਿ ਸਰਕਾਰ ਨੇ ਆਪਾਂ ਕੰਮ ਲੈਣੇ ਨੇ, ਜੋ ਵੀ ਤੁਸੀਂ ਕਰਨਾ ਵਾ, ਪਰ ਜਦੋਂ ਤੁਹਾਡਾ ਵੋਟ ਪਾਉਣ ਦਾ ਸਮਾਂ ਆਉਂਦਾ ਵਾ ਉਦੋਂ ਵੋਟ ਅਕਲਮੰਦੀ ਨਾਲ ਪਾਉਣੀ ਆ। ਆਹ ਤੁਸੀਂ ਪੰਚਾਇਤ ਦੀਆਂ ਇਲੈਕਸ਼ਨਾਂ ਦੇਖ ਲਓ, ਪਿਛਲਾ ਹੁਣ ਲਗਭਗ ਦਸੰਬਰ 2023 ਦੀ ਵਾਰਡਬੰਦੀ ਕਰਕੇ ਗੁਪਤ ਰੱਖੀ ਹੋਈ ਆ, ਕਿਸੇ ਨੂੰ ਨਹੀਂ ਦਿਖਾ ਰਹੇ। ਇਹ ਲਿਸਟਾਂ ਕਿਤੇ ਲਾਈਆਂ ਨਹੀਂ ਚੰਗੀ ਤਰ੍ਹਾਂ ਡਿਸਪਲੇ, ਅਤੇ ਲੋਕ ਫਿਰ ਓਬਜੈਕਸ਼ਨ ਕੀ ਕਰਦੇ, ਪਤਾ ਕਿੱਦਾਂ ਲੱਗੂ ਕਿਹੜੇ ਵਾਰਡ 'ਚ ਚੱਕ ਕੇ ਵੋਟ ਵੋਟ ਕਿੱਧਰ ਪਾਤੀ ਆ, ਕਿਹੜਾ ਵਾਰਡ ਤੋੜਿਆ, ਕਿਹਨੂੰ ਕਿੱਧਰ ਕੀਤਾ। ਮਤਲਬ ਤੁਸੀਂ ਇੰਨੇ ਡਰਦੇ ਹੋ ਲੋਕਾਂ ਤੋਂ ਕਿ ਜੇ ਅਸੀਂ ਆਹ ਵਾਰਡਬੰਦੀ ਦਿਖਾ ਦਿੱਤੀ ਤਾਂ ਲੋਕਾਂ ਨੇ ਸਾਨੂੰ ਜਿਹੜਾ ਹੈ ਇਲੈਕਸ਼ਨਾਂ ਜਿੱਤਣ ਨਹੀਂ ਦੇਣੀਆਂ। ਸਾਰਾ ਕੰਮ ਵੋਟਰ ਸੂਚੀਆਂ ਗੁਪਤ ਨੇ। ਕੱਲ੍ਹ ਪਰਸੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਆਰਡਰ ਕੀਤੀ ਕਿ 20, 21 ਔਰ 22 ਤਰੀਕ ਨੂੰ ਤੁਸੀਂ ਜਿਹੜੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕਰੋ। ਲੋਕ ਓਬਜੈਕਸ਼ਨ ਕਿੱਥੇ ਲਾਉਣਗੇ ਜੇ ਉਹਨਾਂ ਦੇ ਕੋਲ ਕੋਈ ਲਿਸਟਾਂ ਹੀ ਨਹੀਂ ਗਈਆਂ, ਜੇ ਉਹਨਾਂ ਕੋਲ ਵਾਰਡਬੰਦੀ ਨਹੀਂ ਹੈ ਉਸ ਇਲੈਕਸ਼ਨ ਦੀ। ਕੀ ਇਹ ਬਦਲਾਓ ਸੀ ਤੁਹਾਡਾ ਕਿ ਅਸੀਂ ਜਿਹੜੀਆਂ ਪੰਚਾਇਤ ਤੱਕ ਦੀਆਂ ਚੋਣਾਂ ਉਹਦੇ 'ਤੇ ਅਸੀਂ ਕਬਜ਼ਾ ਕਰਨਾ ਵਾ, ਅਸੀਂ ਪੰਚਾਇਤ ਦੀਆਂ ਚੋਣਾਂ ਵੀ ਨਿਰਪੱਖ ਨਹੀਂ ਹੋਣ ਦੇਣੀਆਂ? ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅਪੀਲ ਹੈ ਕਿ ਕਿਰਪਾ ਕਰਕੇ ਹਰ ਗੱਲ ਗੌਰ ਨਾਲ ਦੇਖੋ। ਇਹਨਾਂ ਦਾ ਐਜੂਕੇਸ਼ਨ ਮਾਡਲ ਅਖੌਤੀ, ਇਹਨਾਂ ਦਾ ਹੈਲਥ ਮਾਡਲ ਅਖੌਤੀ, ਇਹਨਾਂ ਦਾ ਭ੍ਰਿਸ਼ਟਾਚਾਰ ਦਾ ਮਾਡਲ, ਔਰ ਜੋ ਇਹਨਾਂ ਨੇ ਅਨਿਆਏ ਅਤੇ ਲੋਕਾਂ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਪੁਲਿਸ ਦਾ ਦੁਰਉਪਯੋਗ ਕੀਤਾ, ਤੌਬਾ ਮੇਰੀ, ਮੇਰਾ ਖਿਆਲ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ। ਇਹਨਾਂ ਤੋਂ ਹੁਸ਼ਿਆਰ ਰਹੋ, ਬਚੋ, ਅਤੇ ਭਗਵੰਤ ਨੂੰ ਮੈਂ ਫਿਰ ਅੰਤ ਵਿੱਚ ਕਹਿੰਦਾ ਕਿ ਮੁਰਗੀਖਾਨਾ ਤਾਂ ਯਾਰ ਖੋਲ੍ਹਣਾ ਬਣਦਾ ਹੁਣ ਤੇਰਾ, ਇਹ ਤਾਂ ਬਣਦਾ ਹੁਣ, ਜਾਂ ਆਣ ਕੇ ਘੱਟੋ ਘੱਟ ਦੱਸ ਦੇ ਕਿ ਜਦੋਂ ਜਿਹੜੀ ਟਿੱਚਰ ਦੂਜਿਆਂ ਨੂੰ ਕੀਤੀ ਸੀਗੀ, ਅਤੇ ਆਹ ਬੁਲਟ ਪਰੂਫ ਜਗਾੜ ਅਤੇ ਬੁਲਟ ਪਰੂਫ ਗੱਡੀਆਂ ਅਤੇ ਜ਼ੈਡ ਪਲੱਸ ਸਿਕਿਉਰਿਟੀਆਂ ਅਤੇ ਜਹਾਜ਼ ਅਤੇ ਹੈਲੀਕਾਪਟਰ, ਇਹਦਾ ਮਾਇਨੇ ਕੀ ਹੁੰਦਾ? ਬਸ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕ ਤੇਰੇ ਤੋਂ ਜਾਣਨਾ ਚਾਹੁੰਦੇ ਨੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।